ਆਦਮੀ ਪਾਰਟੀ ਵੱਲੋਂ ਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਦਰਿਆਵਾਂ ਅਤੇ ਨਹਿਰਾਂ ਦਾ ਗੰਦਲਾ ਪਾਣੀ ਬੋਤਲਾਂ ਵਿੱਚ ਪਾ ਕੇ ਸਾਰੇ ਜ਼ਿਲ੍ਹਿਆਂ ਦੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਦੇ ਘਰ ਤੱਕ ਭੇਜਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਮੁਹਿੰਮ ਤਹਿਤ ਦੂਸ਼ਿਤ ਪਾਣੀ ਦੀਆਂ ਭਰੀਆਂ ਬੋਤਲਾਂ ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ ਅਤੇ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਲਿਖ ਕੇ ਉਹਨਾਂ ਦੇ ਘਰ ਭੇਜ ਕੇ ਇਸ ਮੁਹਿੰਮ ਨੂੰ ਅੱਗੇ ਤੋਰਿਆ ਗਿਆ। ਜੋ ਸਾਡੇ ਕੁਦਰਤੀ ਸੋਮੇ ਸੀ ਉਹਨਾਂ ਨੂੰ ਸਾਡੇ ਜੋ ਲੀਡਰ ਹੈ ਉਹਨਾਂ ਨੇ ਖਰਾਬ ਕਰ ਦਿੱਤਾ, ਇਹਦੇ ਕਹਿਣ ਦੇ ਵਿੱਚ ਕੋਈ ਖਦਸ਼ਾ ਨਹੀਂ। ਕਿਉਂਕਿ ਆਪਾਂ ਦੇਖਿਆ ਕਿ ਜੋ ਇਹਨਾਂ ਫੈਕਟਰੀਆਂ ਲਾਈਆਂ ਹੋਈਆਂ, ਚਾਹੇ ਉਹ ਕਾਂਗਰਸ ਪਾਰਟੀ ਦੇ ਵਜ਼ੀਰ ਹੈ, ਚਾਹੇ ਕਾਂਗਰਸ ਪਾਰਟੀ ਦੇ MLA ਹੈ, ਚਾਹੇ ਉਹ ਅਕਾਲੀ ਦਲ ਦੇ ਵਜ਼ੀਰ ਸੀ ਪਹਿਲਾਂ ਜਾਂ MLA ਰਹੇ ਹੈ, ਉਹਨਾਂ ਨੇ ਰਲ ਮਿਲ ਕੇ ਜੋ ਆਪਦੀਆਂ ਬਿਜ਼ਨਸ ਖੋਲ੍ਹੇ ਹੋਏ ਆ, ਫੈਕਟਰੀਆਂ ਲਾਈਆਂ ਹੋਈਆਂ, ਉਹਨਾਂ ਦੇ ਨਾਲ ਉਹਨਾਂ ਨੇ ਜੋ ਸਾਡੇ ਕੁਦਰਤੀ ਸਰੋਤ ਹੈ, ਸਾਡੇ ਦਰਿਆ ਹੈ, ਉਹਨਾਂ ਨੂੰ ਬਿਲਕੁਲ ਦੂਸ਼ਿਤ ਕਰ ਦਿੱਤਾ ਹੈ। ਸਾਡੀ ਹਵਾ ਦੂਸ਼ਿਤ ਹੋ ਚੁੱਕੀ ਹੈ, ਸਾਡਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ, ਸਾਡਾ ਖਾਣ ਪੀਣ ਦੂਸ਼ਿਤ ਹੋ ਚੁੱਕਿਆ ਹੈ, ਅਤੇ ਆਉਣ ਵਾਲੀਆਂ ਜੋ ਨਸਲਾਂ ਸਾਡੇ ਇੱਥੇ ਪੰਜਾਬ ਦੇ ਵਿੱਚ, ਇੱਥੋਂ ਤੱਕ ਖਦਸ਼ਾ ਹੈ ਕਿ ਵੱਡੀਆਂ ਵੱਡੀਆਂ ਜੋ ਸਾਡੀਆਂ ਰਿਪੋਰਟਸ ਆ ਰਹੀਆਂ ਬਾਹਰਲੇ ਦੇਸ਼ਾਂ ਤੋਂ ਕਿ ਆਉਣ ਵਾਲੇ ਜੋ ਬੱਚੇ ਆ ਇੱਥੇ ਜੋ ਉਹਨਾਂ ਦਾ ਜਨਮ ਵੀ ਜੋ ਸਹੀ ਪੈਦਾ ਨਹੀਂ ਹੋਇਆ ਕਰੇਗਾ। ਕਿਉਂਕਿ ਜੋ ਪਾਣੀ ਹੈ, ਪਾਣੀ ਐਸਾ ਸੁੰਮ ਹੈ ਕਿ ਜਿਸ ਤੋਂ ਬਿਨਾਂ ਕੋਈ ਇਨਸਾਨ, ਪਸ਼ੂ, ਪਕਸ਼ੀ 2 ਮਿੰਟ ਦੇ ਲਈ ਵੀ ਨਹੀਂ ਬਚ ਸਕਦਾ। ਅਸੀਂ ਜੀ ਜੋ ਦੇਖੋ ਜੋ ਦਰਿਆ ਲੁੱਟੜ ਹੋਏ ਹੈ, ਸਾਡੀ ਪਾਰਟੀ ਵੱਲੋਂ ਇੱਕ ਮੁਹਿੰਮ ਚੱਲੀ ਸੀ ਕਿ ਜੋ ਕਾਂਗਰਸ ਜਾਂ ਇਹਨਾਂ ਦੇ MLA ਉੱਥੇ ਨਹੀਂ ਮੌਕੇ 'ਤੇ ਪਹੁੰਚੇ, ਗਰਮੀ ਬਹੁਤ ਇਸ ਵਿੱਚ ਬੈਠੇ ਰਹਿੰਦੇ ਹੈ, ਤਾਂ ਅਸੀਂ ਇੱਕ ਉੱਥੋਂ ਮੁਹਿੰਮ ਚਲਾਈ ਸੀ ਕਿ ਅਸੀਂ ਪਾਣੀ ਉਹ ਭਰ ਕੇ ਬੋਟਲਸ ਦੇ ਵਿੱਚ ਅਤੇ ਕਿੰਨਾ ਦੂਸ਼ਿਤ ਪਾਣੀ ਹੈ ਤੁਹਾਨੂੰ ਪਤਾ ਹੀ ਹੈ। ਪਹਿਲਾਂ ਕੁਛ ਦਿਨ ਕੀ ਹੋਇਆ ਕਿ ਮਿਸਹੈਪਨਿੰਗ ਹੋਈ ਜਾਂ ਉਹ ਜਾਣ ਬੁੱਝ ਕੇ ਪਾਣੀ ਦੇ ਵਿੱਚ ਅਜਿਹਾ ਕੋਈ ਸੀਰਾ ਛੱਡਿਆ ਗਿਆ ਜਿਹਦੇ ਨਾਲ ਕਿ ਜੀਵ ਜੰਤੂ ਮਾਰੇ ਗਏ, ਤਾਂ ਉਸ ਤੋਂ ਵੀ ਬਜਾਏ ਵੀ ਜੋ ਨਾਲੇ ਵਗੈਰਾ ਉਹ ਆਪਣੇ ਦਰਿਆਵਾਂ ਦੇ ਵਿੱਚ ਵਹਿ ਰਹੇ ਪੈ ਰਹੇ ਆ, ਉਹਦੇ ਨਾਲ ਪਾਣੀ ਬਹੁਤ ਜ਼ਿਆਦਾ ਪਲਿਊਟਡ ਹੋ ਚੁੱਕਿਆ, ਤਾਂ ਅਸੀਂ ਸਰਕਾਰਾਂ ਨੂੰ ਜਗਾਉਣ ਦੇ ਲਈ ਉੱਥੋਂ ਪਾਣੀ ਦੀਆਂ ਬੋਟਲਸ ਭਰ ਕੇ ਇੱਕ ਵੈਨ ਜੋ ਹੈ ਚਲਾਈ ਹੈ, ਤਾਂ ਕਿ ਉਹ ਵੈਨ ਓਵਰਆਲ ਪੰਜਾਬ ਦੇ ਵਿੱਚ ਘੁੰਮ ਕੇ ਅਸੀਂ ਜੋ ਸਾਡੇ ਸਾਡੇ ਜ਼ੋਨਲ ਪ੍ਰਧਾਨ ਸਾਹਿਬ ਖੜ੍ਹੇ ਆ ਕਿ ਜ਼ੋਨ ਵਾਈਜ਼ ਡਿਊਟੀ ਲਾਈਆਂ, ਤਾਂ ਜ਼ੋਨ 1 ਦੇ ਵਿੱਚ ਜਿਵੇਂ 5 ਜ਼ਿਲ੍ਹੇ ਸੀਗੇ ਉੱਥੇ ਉਹ ਵੈਨ ਗਈ, ਤਾਂ ਉਹ ਵੈਨ ਤੋਂ ਅਸੀਂ ਪਾਣੀ ਦੀਆਂ ਬੋਟਲਸ ਲੈ ਕੇ ਜੋ ਬੁੱਢਾ ਨਾਲ ਤੋਂ ਭਰੀਆਂ ਸੀਗੀਆਂ, ਅਸੀਂ ਜੋ ਉੱਥੋਂ ਦੇ ਮੌਜੂਦਾ MP ਹੈ ਜਾਂ ਮੌਜੂਦਾ MLA ਹੈ ਜਾਂ ਕੋਈ ਵਿਧਾਇਕ ਆ, ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਰਹੇ ਹਾਂ ਤਾਂ ਕਿ ਉਹ ਦੇਖ ਸਕਣ, ਤਾਂ ਕਿ ਉਹਨਾਂ ਦੀ ਨੀਂਦ ਖੁੱਲ ਸਕੇ ਕਿ ਸਾਡੇ ਦਰਿਆਵਾਂ ਦਾ ਪਾਣੀ ਕਿੰਨਾ ਗੰਦਲਾ ਹੋ ਚੁੱਕਿਆ, ਕਿਉਂਕਿ ਉਹ ਮੌਕੇ 'ਤੇ ਜਾ ਕੇ ਦੇਖ ਨਹੀਂ ਸਕਦੇ, ਗਰਮੀ ਬਹੁਤ ਹੈ, AC 'ਚ ਰਹਿਣ ਵਾਲੇ ਇਨਸਾਨ ਆ ਉਹ, ਤਾਂ ਅਸੀਂ ਉਹਨੂੰ ਘਰਾਂ ਦੇ ਵਿੱਚ ਇਹ ਪਾਣੀ ਮੁਹੱਈਆ ਕਰਾ ਰਹੇ ਹਾਂ ਕਿ ਤੁਸੀਂ ਇਹ ਪਾਣੀ ਨੂੰ ਦੇਖੋ, ਜਾਗੋ, ਤਾਂ ਕਿ ਸਾਡਾ ਜੋ ਇਹ ਹੈ ਪੰਜਾਬ ਬਚ ਸਕੇ, ਸਾਡੀ ਜੋ ਹੈ ਪੰਜਾਬ ਦੀ ਸੰਸਕ੍ਰਿਤੀ ਬਚ ਸਕੇ। ਜਿਹੜਾ ਤੁਸੀਂ ਅੱਜ ਪਾਣੀ ਬੋਤਲ ਇੱਥੇ ਨਾਮ ਲਿਖਿਆ ਹੈ, ਗੁਰਮੀਤ ਸਿੰਘ ਕਾਂਗੜ MLA ਜਾਂ ਮਨਪ੍ਰੀਤ ਬਾਦਲ, ਇਹ ਦੂਸ਼ਿਤ ਪਾਣੀ ਤੁਹਾਨੂੰ ਘਰੇ ਦੇ ਕੇ ਆਓਗੇ? ਅਸੀਂ ਘਰੇ ਦੇ ਕੇ ਆਵਾਂਗੇ ਜੀ, ਬਿਲਕੁਲ। ਅਸੀਂ ਪਹਿਲਾਂ ਪਿੰਡ ਬਾਦਲ ਗਏ ਹਾਂ, ਤਾਂ ਬਾਦਲ ਸਾਹਿਬ ਤਾਂ ਚਲੋ ਉੱਥੇ ਅਰੈਸਟ ਕਰ ਰਹੇ ਸੀ, ਨਹੀਂ ਮਿਲੇ, ਅਸੀਂ ਬੇਨਤੀ ਵੀ ਕੀਤੀ, ਤਾਂ ਉਹਨਾਂ ਨੇ ਆਪਦਾ ਇੱਕ ਨੁਮਾਇੰਦਾ ਬਾਹਰ ਭੇਜਿਆ, ਅਸੀਂ ਉਹਨੂੰ ਪਾਣੀ ਦੇ ਕੇ ਆਏ ਵੀ ਬਾਦਲ ਸਾਹਿਬ ਨੂੰ ਪਾਣੀ ਪਹੁੰਚਾ ਦਿਓ ਜੀ ਇਹ। ਬਾਦਲ ਸਾਹਿਬ, ਅਸੀਂ ਲਗਾਤਾਰ ਇਹ ਮੁਹਿੰਮ ਨੂੰ ਜਾਰੀ ਰੱਖਾਂਗੇ, ਸਾਡੇ ਖਹਿਰਾ ਸਾਹਿਬ ਵੀ ਇਹਨੂੰ ਰੱਖੇ ਹੋਏ ਜਾਰੀ, ਸਾਡੇ ਪੰਜਾਬ 'ਚ ਇਹ ਮੁਹਿੰਮ ਲਗਾਤਾਰ ਜਾਰੀ ਰੱਖੋ, ਜਦੋਂ ਤੱਕ ਇਹ ਇਹਦਾ ਮਸਲੇ ਨਾ, ਅਸੀਂ ਹੋ ਸਕਦੇ ਆਉਣ ਵਾਲੇ ਟਾਈਮ 'ਚ ਇਹਦੇ ਬੁੱਢਾ ਦਰਿਆ 'ਤੇ ਅਸੀਂ ਬੰਨ ਵੀ ਲਾਈਏ। ਜਿਸ ਤਰ੍ਹਾਂ ਤੁਸੀਂ ਸੈਸ਼ਨ ਬੁਲਾਉਣ ਦੀ ਗੱਲ ਕਰ ਰਹੇ, ਨਹੀਂ ਇਹ 'ਚ ਕੀ ਖਾਸ ਗੱਲ ਹੈਗੀ, ਜੇ ਇਹਨਾਂ ਨਾਲ ਇਹ ਪੈਸੇ ਖਰਾਬ ਕਰਦੇ ਆ, ਹੋਰ ਗੱਡੀਆਂ 'ਤੇ ਘੁੰਮੀ ਫਿਰਦੇ ਆ, ਅਤੇ ਇੱਕ ਸੈਸ਼ਨ ਬੁਲਾਉਣ 'ਚ ਲੋਕਾਂ ਦੇ ਜੇ ਭਲਾਈ ਲਈ ਇੱਕ ਆਪਾਂ ਸੈਸ਼ਨ ਬੁਲਾਵਾਂ, ਤਾਂ ਮੇਰੇ ਲੱਗਦਾ ਇਹਦੇ 'ਚ ਕੋਈ ਬੁਰਾਈ ਨਹੀਂ, ਕੈਪਟਨ ਸਾਹਿਬ ਨੂੰ ਬੁਲਾ ਲੈਣਾ ਚਾਹੀਦਾ। ਉਹਦਾ ਮਨਾ ਕਰਤਾ ਜੀ, ਨਹੀਂ ਬੁਲਾਉਂਦੇ? ਬੜਾ ਅਸੀਂ ਇਹਦੇ 'ਚ ਉਹਨਾਂ ਨੇ ਸਾਨੂੰ ਆਈ ਕਰਾਂਗੇ, ਅਸੀਂ ਕੰਪੈਲ ਕਰਾਂਗੇ, ਅਸੀਂ ਇਹਦੇ ਲਗਾਤਾਰ ਅਸੀਂ ਇਹਦੇ 'ਚ ਤੁਹਾਨੂੰ ਦੱਸਿਆ ਵੀ ਲਗਾਤਾਰ ਅਸੀਂ ਜਾਰੀ ਰੱਖਾਂਗੇ ਇਹ ਮੁਹਿੰਮ। ਠੀਕ ਹੈ, ਅੱਜ ਆਪਾਂ ਬਠਿੰਡੇ ਦੀ ਗੱਲ ਕਰੀਏ।
ਬਠਿੰਡੇ ਆਪਾਂ ਗੱਲ ਕਰੀਏ, ਕੋਈ ਦਰਿਆ ਹੈ ਬਠਿੰਡੇ ਵਿੱਚ? ਬਠਿੰਡੇ 'ਚ ਤੁਸੀਂ ਜਿੱਥੇ ਮਰਜ਼ੀ ਤੁਸੀਂ ਕਿਸੇ ਪਾਣੀ ਨਹਿਰ ਨੂੰ ਇਹਦੇ 'ਚ ਦੇਖ ਲਓ ਜਾ ਕੇ, ਤੁਸੀਂ ਉਹਦੇ ਵਿੱਚ ਵੀ ਪਾਣੀ ਦੂਸ਼ਿਤ ਠੀਕ ਹੈ, ਉਹ 'ਚ ਵੀ ਉਹ ਸਾਰੀਆਂ ਨਹਿਰਾਂ ਤਾਂ ਇੱਕੋ ਜਿਹੇ ਦਿੱਕੋ 'ਚ ਨਿਕਲੇ, ਸਰਹੰਦ ਕਨਾਲ 'ਚੋਂ ਨਿਕਲ ਰਹੀ ਹੈ ਨਾ। ਜੇ ਜਿਹੜੀ ਕੋਈ ਵੀ ਇੰਡਸਟਰੀ ਹੈ ਜਾਂ ਕੋਈ ਹੈ, ਜੇ ਉਹਦੇ ਕੋਈ ਉਹਨੂੰ ਕੋਈ ਚੈੱਕ ਨਹੀਂ ਕਰਦਾ, ਕੋਈ ਇੰਸਪੈਕਟਰ ਚੈੱਕ ਨਹੀਂ ਕਰਦਾ, ਜਿਹੜਾ ਕੁਦਰਤੀ ਸੋਰਸ ਉਹਦੇ 'ਚ ਪਾਣੀ ਸਿੱਟ ਰਿਹਾ, ਉਹ ਵੀ ਮੇਰਾ ਖਿਆਲ ਅਸੀਂ ਕਈ ਜਗ੍ਹਾ ਅਸੀਂ ਚੈੱਕ ਕੀਤਾ, ਉਹਦੇ ਵਿੱਚ ਪਾਈ ਜਾਂਦੇ ਆ ਬਿਨਾਂ ਪੋਲੂਟਡ ਪਾਣੀ ਜ਼ਮੀਨ 'ਚ ਪਾਈ ਜਾਂਦੇ ਆ, ਉਹ ਵੀ ਬਹੁਤ ਹਾਨੀਕਾਰਕ ਹੈ, ਜਿਹਦੇ ਨਾਲ ਕਿ ਸਿਹਤ ਖਰਾਬ ਹੁੰਦੀ ਹੈ, ਲੋਕ ਉਹ ਪਾਣੀ ਪੀਂਦੇ ਆ, ਕਿਉਂਕਿ ਜਾਂਦਾ ਤਾਂ ਜ਼ਮੀਨ 'ਚ ਆਪਾਂ ਜ਼ਮੀਨ 'ਚੋਂ ਹੀ ਪਾਣੀ ਲੈਂਦੇ ਹਾਂ।